ਸਤਿਕਾਰਯੋਗ ਸਾ ਸੰਗਤ ਆਪ ਸਾਰੀਆਂ ਸੰਗਤਾਂ ਧੰਤਾਂ ਦੇ ਯੋਗੋਂ ਦੂਰੋਂ ਨੇੜਿਓਂ ਚੱਲ ਕੇ ਇਹ ਹਫ਼ਤਾ ਵਾਰੀ ਦੀਵਾਨ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋਧਰ ਬਾਣੀ ਦੇ ਜਾਪ ਬੜੇ ਪਿਆਰ ਦੇ ਨਾਲ ਸਰਵਣ ਕੀਤੇ ਨੇ। ਆਓ ਹੁਣ ਗੁਰਬਾਣੀ ਲੜੀਵਾਰ ਸ਼ਬਦ ਵਿਆਖਿਆ ਜੋ ਨਿਤਾ ਪ੍ਰਤੀ ਦੇ ਅਨੁਸਾਰ ਚੱਲ ਰਹੀ ਹੈ ਇਸ ਸਥਾਨ ਦੇ ਉੱਤੇ ਉਹ ਸ਼ਬਦ ਵਿਆਖਿਆ ਆਪ ਜੀਆਂ ਨੂੰ ਸਰਵਣ ਕਰਾ ਰਹੇ ਨੇ ਗਿਆਨੀ ਨਿਰਮਲਜੀਤ ਸਿੰਘ ਜੀ ਅੰਮ੍ਰਿਤਸਰ ਵਾਲੇ ਤੇ ਇਹਨਾਂ ਤੋਂ ਉਪਰੰਤ ਤਕਰੀਬਨ 7 ਤੋਂ ਲੈ ਕੇ 7:15 ਵਜੇ ਤੱਕ ਹਜ਼ੂਰੀ ਰਾਗੀ ਜੱਥਾ ਕੀਰਤਨ ਦੀਆਂ ਹਾਜ਼ਰੀਆਂ ਲਵਾਂਗੇ ਤੇ 7:15 ਤੋਂ 7:15 ਵਜੇ ਤੱਕ ਪੰਥ ਦੇ ਮਹਾਨ ਕਥਾਕਾਰ ਗਿਆਨੀ ਠਾਕੁਰ ਸਿੰਘ ਜੀ ਪਟਿਆਲਾ ਵਾਲੇ ਉਹ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ। ਸਾਰੀਆਂ ਸੰਤਾਂ ਨੂੰ ਭਾਈ ਬੇਨਤੀ ਹੈ ਇਸੇ ਤਰ੍ਹਾਂ ਪਿਆਰ ਦੇ ਵਿੱਚ ਬੈਠ ਕੇ ਅੱਜ ਦਾ ਸਾਰਾ ਸਮਾਗਮ ਆਪਾਂ ਨੇ ਸਰਵਣ ਕਰਨਾ ਹੈ। ਆਓ ਹੁਣ ਭਾਈ ਸਾਹਿਬ ਜੀ ਦੇ ਕੋਲੋਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਤੂੰ ਚੋ ਸੱਜਣ ਮੈਂਡਿਆ ਦੇਈ ਸੇ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਵਾਹਿਗੁਰੂ ਜੀ ਗੌੜੀ ਮਹਿਲਾ ਪੰਜਵਾਂ ਹਮ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਮੇ ਕਰ ਰਾਜ ਬਹੁਤਾਵੈ ਹਉ ਮੈਂ ਖਪੈ ਜਨਮ ਮਰ ਆਵੈ ਹਉ ਮੈਂ ਨਿਵਰੈ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਚ ਸੰਘਾਰੈ ਅੰਤਰ ਸਾਚ ਸਹਿਜ ਘਰ ਆਵੈ ਰਾਜਨ ਜਾਨ ਪਰਮ ਗਤ ਪਾਵੈ ਸਚ ਕਰਨੀ ਗੁਰ ਭਰਮ ਚੁਕਾਵੈ ਨਿਰਭਉ ਕੈ ਘਰ ਤਾੜੀ ਲਾਵੈ ਹਉ ਹਉ ਕਰ ਮਰਣਾ ਕਿਆ ਪਾਵੈ ਪੂਰਾ ਗੁਰ ਭੇਟੇ ਸੇ ਝਗਰ ਚੁਕਾਵੈ ਜੇਤੀ ਹੈ ਤੇਤੀ ਕਿਹੋ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉ ਮੈਂ ਬੰਧਨ ਬੰਦ ਭਵਾਵੈ ਨਾਨਕ ਰਾਮ ਭਗਤ ਸੁਖ ਪਾਵੈ ਹਉ ਮੈਂ ਬੰਧਨ ਬੰਦ ਭਵਾਵੈ ਨਾਨਕ ਰਾਮ ਭਗਤ ਸੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਵਡਭਾਗੀ ਜਨੋ, ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਦੇ ਵਿੱਚ ਰੋਜ਼ਾਨਾ ਚੱਲ ਰਹੀ ਲੜੀਵਾਰ ਕਥਾ ਦਾ ਪਾਵਨ ਸ਼ਬਦ ਹੈ। ਪਾਵਨ ਸ਼ਬਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਨੁੱਖੀ ਜੀਵਨ ਦੇ ਬਹੁਤ ਵੱਡੇ ਔਗਣ ਦੀ ਗੱਲ ਕੀਤੀ ਹੈ। ਉਹ ਔਗਣ ਹੈ ਹਉਮੈ ਦਾ। ਸਹਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੋ ਮਨੁੱਖ ਦੀਆਂ ਅਵਸਥਾਵਾਂ ਨੇ, ਇੱਕ ਝੂਠ ਦੇ ਨਾਲ ਜੁੜਿਆ ਹੈ, ਇੱਕ ਸੱਚ ਦੇ ਨਾਲ ਜੁੜਦਾ ਹੈ। ਆਪਣੀ ਮਰਜ਼ੀ ਮੁਤਾਬਕ ਜੀਵਨ ਬਤੀਤ ਕਰਨ ਵਾਲਾ ਮਨੁੱਖ ਹਉਮੈ ਦਾ ਗ੍ਰਸਿਆ ਹੋਇਆ ਹੈ, ਜਿਹੜਾ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੀ ਹਉਮੈ ਨੂੰ ਖਤਮ ਕਰ ਲੈਂਦਾ ਹੈ, ਉਹ ਮਨੁੱਖ ਫਿਰ ਸੱਚ ਨਾਲ ਜੁੜ ਜਾਂਦਾ ਹੈ। ਸਤਿਗੁਰੂ ਜੀ ਨੇ ਇਸ ਹਉਮੈ ਨੂੰ ਇੰਨਾ ਕੁ ਭਿਆਨਕ ਦੱਸਿਆ ਹੈ। ਸਾਹਿਬ ਜੀ ਕਹਿੰਦੇ ਨੇ ਜਿਸ ਮਨੁੱਖ ਨੇ ਹਿਰਦੇ ਵਿੱਚ ਨਾਮ ਨੂੰ ਵਸਾਉਣਾ ਹੈ, ਸ਼ੁਭ ਗੁਣਾਂ ਨੂੰ ਵਸਾਉਣਾ ਹੈ, ਉਸਨੂੰ ਸਭ ਤੋਂ ਪਹਿਲਾਂ ਆਪਣੀ ਹਉਮੈ ਦਾ ਤਿਆਗ ਕਰਨਾ ਪਵੇਗਾ। ਜਿੰਨਾ ਚਿਰ ਮੈਂ ਮੇਰੀ ਖਤਮ ਨਹੀਂ ਹੁੰਦੀ, ਉਹਨਾਂ ਚਿਰ ਤੂੰ ਪ੍ਰਗਟ ਨਹੀਂ ਹੋ ਸਕਦਾ। ਸਤਿ ਜੀ ਬਾਣੀ ਚ ਬਖਸ਼ਿਸ਼ ਕਰਦੇ ਨੇ, ਮਹਾਰਾਜ ਕਹਿੰਦੇ ਨੇ ਹਉਮੈ ਨਾਮੈ ਨਾਲ ਵਿਰੋਧ ਹੈ,
ਦੋਏ ਨਾ ਵਸੈ ਇਕਠਾਏ। ਪ੍ਰਭੂ ਦੇ ਗੁਣਾਂ ਦਾ ਤੇ ਮੈਂ ਦਾ ਇੰਨਾ ਵਿਰੋਧ ਹੈ ਕਿ ਦੋਵੇਂ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ। ਜਿੱਥੇ ਹਉਮੈ ਹੋਵੇਗੀ ਉੱਥੇ ਵਾਹਿਗੁਰੂ ਜੀ ਦਾ ਨਾਮ ਨਹੀਂ ਰਹਿ ਸਕਦਾ। ਜੇ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਵਸਾਉਣਾ ਹੈ ਤੇ ਫਿਰ ਹਉਮੈ ਨੂੰ ਛੱਡਣਾ ਪਵੇਗਾ। ਹਉਮੈ ਦਾ ਮਤਲਬ ਹੈ ਆਪਣੇ ਤਰੀਕੇ ਨਾਲ ਜੀਵਨ ਜਿਉਣ ਦਾ ਢੰਗ। ਔਰ ਇਸੇ ਕਰਕੇ ਹੀ ਸਾਡੇ ਸਮਾਜ ਵਿੱਚ ਜਿੰਨੀਆਂ ਪ੍ਰੋਬਲਮਸ ਨੇ ਕਿ ਮੈਂ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦਾ, ਉਸ ਪ੍ਰੋਬਲਮ ਨੂੰ ਸਾਡੀ ਫੈਮਿਲੀ ਨੂੰ ਵੀ ਫੇਸ ਕਰਨਾ ਪੈਂਦਾ, ਸਾਡੀ ਸੋਸਾਇਟੀ ਨੂੰ ਵੀ ਫੇਸ ਕਰਨਾ ਪੈਂਦਾ। ਆਈ ਵਿਲ ਡੂ ਵਟ ਆਈ ਵਾਂਟ, ਉਹਦੇ ਕਰਕੇ ਹੀ ਸਮਾਜ ਦੇ ਸਾਰੇ ਮਸਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਬੜਾ ਭਿਆਨਕ ਰੋਗ ਹੈ ਜਿਹਦੇ ਕਰਕੇ ਮਨੁੱਖ ਆਪਣੇ ਆਪ ਨੂੰ ਹੀ ਸਾਰਾ ਕੁਝ ਸਮਝਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਅਸ਼ਟਪਦੀ ਉਚਾਰਨ ਕੀਤੀ ਹੈ, ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀ ਆ ਨਾਨਕ ਗਰਭ ਗਲੇ। ਕਿਸ ਕਿਸ ਚੀਜ਼ ਦਾ ਅਹੰਕਾਰ ਹੈ ਸਤਿਗੁਰੂ ਉਹ ਵੀ ਬਾਣੀ ਚ ਬਿਆਨ ਕਰਦੇ ਨੇ। ਜੋ ਜਾਣੈ ਮੈਂ ਜੋਬਨਵੰਤ, ਜਿਹੜਾ ਮਨੁੱਖ ਹੀ ਕਹਿੰਦਾ ਮੈਂ ਸਭ ਤੋਂ ਖੂਬਸੂਰਤ ਇਨਸਾਨ ਹਾਂ, ਮੇਰੇ ਵਰਗੀ ਕਿਸੇ ਦੂਸਰੇ ਕੋਲ ਖੂਬਸੂਰਤੀ ਨਹੀਂ। ਸੋ ਹੋਵਤ ਬਿਸ਼ਟਾ ਕਾ ਜੰਤ, ਬਿਸ਼ਟਾ ਕਹਿੰਦੇ ਗੰਦ ਦਾ ਕੀੜਾ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰਨ ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਸਾਹਿਬ ਜੀ ਕਹਿੰਦੇ ਜੇ ਵਾਹਿਗੁਰੂ ਕਿਰਪਾ ਕਰੇ ਮਨੁੱਖ ਦੇ ਹਿਰਦੇ ਵਿੱਚ ਇਹ ਗੱਲ ਵਸਾ ਦੇਵੇ ਭਈ ਸਭ ਕੁਛ ਤੇ ਵਾਹਿਗੁਰੂ ਤੇਰਾ ਹੈ, ਮੇਰਾ ਤੇ ਕੁਝ ਹੈ ਹੀ ਨਹੀਂ, ਕਿਉਂਕਿ ਇਹ ਦੋ ਹੀ ਮਨੁੱਖ ਦੇ ਜੀਵਨ ਦੇ ਗੁਣ ਤੇ ਔਗਣ ਨੇ। ਤੂੰ ਕਹਿਣਾ ਕਿ ਵਾਹਿਗੁਰੂ ਤੇਰਾ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਇਹ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਗੁਣ ਹੈ। ਪਰ ਸਤਿਗੁਰੂ ਕਹਿ ਲੱਗੇ ਮੈਂ ਮੇਰੀ ਵਿੱਚ ਜੁੜਿਆ ਹੋਇਆ ਮਨੁੱਖ ਸਿਰਫ ਕਹਿ ਰਿਹਾ ਮੈਂ ਹੀ ਸਾਰੀਆਂ ਚੀਜ਼ਾਂ ਦਾ ਮਾਲਕ ਹਾਂ, ਉਹਦੇ ਕਰਕੇ ਦੁਖੀ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਚ ਕਿਰਪਾ ਕੀਤੀ ਹੈ। ਮਾਰੇ ਕਹਿੰਦੇ ਹਉ ਹਉ ਕਰਤ ਨਹੀਂ ਸੱਚ ਪਾਈ ਹੈ। ਜਿਹੜਾ ਮਨੁੱਖ ਇਹ ਕਹਿੰਦਾ ਕਿ ਮੈਂ ਬਹੁਤ ਧਰਮੀ ਹਾਂ, ਮੈਂ ਬਹੁਤ ਗੁਣਵਾਨ ਹਾਂ, ਉਹ ਮਨੁੱਖ ਕਦੀ ਵੀ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਦਾ, ਕਿਉਂਕਿ ਹਉ ਵਿੱਚ ਕਦੀ ਧਰਮ ਹੋ ਹੀ ਨਹੀਂ ਸਕਦਾ। ਮੈਂ ਵਾਲਾ ਮਨੁੱਖ ਕਦੇ ਧਰਮੀ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਤੇ ਇਸ ਗੱਲ ਦਾ ਇੱਥੋਂ ਤੱਕ ਵੀ ਫੈਸਲਾ ਕਰ ਦਿੱਤਾ। ਮਰ ਕਦੇ ਅਨਕ ਤਪੱਸਿਆ ਕਰੇ ਅਹੰਕਾਰ, ਮੈਂ ਕੀਤੀ ਹੈ, ਮੈਂ ਪਾਠ ਕੀਤਾ ਹੈ, ਮੈਂ ਸੇਵਾ ਕੀਤੀ ਹੈ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕੋ ਕੈਸੇ ਗਵੈ। ਫਿਰ ਕਹਿ ਲਗੇ ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੇ। ਮਨੁੱਖ ਬੜਾ ਖਰਚਾ ਵੀ ਕਰਦਾ ਹੈ ਕਿ ਮੈਨੂੰ ਧਰਮਾਤਮਾ ਕਿਹਾ ਜਾਵੇ। ਗੁਰਦੁਆਰੇ ਜਦੋਂ ਅਰਦਾਸ ਦੀ ਮਾਇਆ ਦਿੱਤੀ ਜਾਂਦੀ ਹੈ ਨਾ ਸਾਨੂੰ, ਤੇ ਉਦੋਂ ਇੱਕ ਗੱਲ ਕਹੀਦਾ ਗਿਆਨੀ ਸਿੰਘ ਮੇਰੇ ਵਰਗਾ, ਉਹ ਕਹਿੰਦਾ ਜੀ ਬੜੇ ਗੁਰਮੁਖ ਪਰਿਵਾਰ ਨੇ ਮਾਇਆ ਦਿੱਤੀ ਹੈ, ਤੇ ਅਸੀਂ ਬੜੇ ਖੁਸ਼ ਹੋ ਜਾਂਦੇ ਹਾਂ ਗਿਆਨੀ ਜੀ ਨੇ ਮੈਨੂੰ ਗੁਰਮੁਖ ਕਿਹਾ, ਮੈਂ ਗੁਰਮੁਖ ਬਣ ਗਿਆ ਹਾਂ। ਸਤਿਗੁਰੂ ਕਹਿੰਦੇ ਗੁਰਮਤਿ ਤਾਂ ਤੇਰੇ ਕਰਮਾਂ ਨਾਲ ਤੈਨੂੰ ਪ੍ਰਾਪਤ ਹੋਣੀ ਹੈ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਕਿਸੇ ਦੇ ਕਹਿਣ ਦੇ ਨਾਲ ਨਾ ਅਸੀਂ ਗੁਰਮੁਖ ਹਾਂ ਨਾ ਅਸੀਂ ਮਨਮੁਖ ਹਾਂ, ਇਸ ਦਾ ਫੈਸਲਾ ਧਰਮ ਨੇ ਕਰਨਾ ਹੈ, ਅਸੀਂ ਚੰਗੇ ਹਾਂ ਜਾਂ ਮਾੜੇ ਹਾਂ। ਕਰਮੀ ਆਪੋ ਆਪਣੀ, ਮਾਰੇ ਕਹਿ ਲਗੇ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ। ਹਰ ਬੰਦਾ ਜਿਹੜਾ ਮਾੜੇ ਤੋਂ ਮਾੜਾ ਕੰਮ ਕਰ ਰਿਹਾ ਉਹ ਵੀ ਜਸਟੀਫਾਈ ਕਰਦਾ ਕਿ ਮੈਂ ਠੀਕ ਕਰ ਰਿਹਾ, ਤੇ ਇਸ ਗੱਲ ਦਾ ਫੈਸਲਾ ਕੌਣ ਕਰੇਗਾ ਕਿ ਅਸੀਂ ਚੰਗਾ ਕਰ ਰਹੇ ਹਾਂ ਕਿ ਮਾੜਾ ਕਰ ਰਹੇ ਹਾਂ। ਥੱਲੇ ਬੈਠ ਕੇ ਅਸੀਂ ਨਿੰਦਿਆ ਕਰ ਰਹੇ ਹੁੰਦੇ, ਅਸੀਂ ਕਹਿੰਦੇ ਅਸੀਂ ਤਾਂ ਗੁਰਦੁਆਰੇ ਬੈਠੇ ਹੋਏ ਹਾਂ ਜਾਂ ਕੋਈ ਵੀ ਹੈ। ਮਾਰੇ ਕਹਿੰਦੇ ਚੰਗੇ ਤੇ ਮਾੜੇ ਕਰਨ ਦਾ ਫੈਸਲਾ ਤੁਸੀਂ ਆਪ ਕਰਨ ਯੋਗ ਨਹੀਂ, ਇਸ ਦਾ ਫੈਸਲਾ ਧਰਮ ਕਰੇਗਾ। ਤੇ ਸਾਹਿਬ ਕਹਿ ਲਏ ਵੀ ਜਿਹੜਾ ਮਨੁੱਖ ਪਹਿਲੋਂ ਹੀ ਇਹ ਗੱਲ ਕਹਿ ਰਿਹਾ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੇ, ਕਹਿ ਲਗੇ ਸਮਝੋ ਨਹੀਂ ਕਿ ਉਹ ਭਲਾ ਮਨੁੱਖ ਹੈ। ਦੋ ਸਾਲ ਪਹਿਲੋਂ ਦੇਸ਼ ਦੇ ਵਿੱਚ ਇੱਕ ਗੁਰਦੁਆਰੇ ਕਥਾ ਵਾਸਤੇ ਗਿਆ, ਉਹਦੇ ਦਰਵਾਜੇ ਨਹੀਂ ਸਨ ਲੱਗੇ ਹੋਏ, ਖਿੜਕੀਆਂ ਨਹੀਂ ਸਨ ਲੱਗੀਆਂ, ਪਰ ਬਾਹਰ ਲੱਕੜ ਪਈ ਹੋਈ ਸੀ, ਰਫ ਜਿਹੜਾ ਰਾ ਮਟੀਰੀਅਲ ਸੀ, ਕਿਉਂਕਿ ਸਿਆਲ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਲਾਇਆ ਕਿਉਂ ਨਹੀਂ, ਕਹਿਣ ਲੱਗੇ ਜੀ 50,000 ਰੁਪਏ ਦਾ ਖਰਚਾ ਹੈ, ਗੁਰਦੁਆਰੇ ਕੋਲ ਪੈਸੇ ਨਹੀਂ।
ਪਿੰਡ ਦਾ ਇੱਕ ਬਹੁਤ ਅਮੀਰ ਆਦਮੀ ਬੰਦਾ, ਉਹ ਕਹਿੰਦਾ 50,000 ਮੇਰੇ ਕੋਲ ਅੱਜ ਹੀ ਫੜ ਲਓ, ਦਰਵਾਜ਼ੇ ਲਾ ਦਿਓ, ਖਿੜਕੀਆਂ ਲਾ ਦਿਓ, ਪਰ ਸਾਰਿਆਂ ਤੇ ਮੇਰਾ ਨਾਮ ਲਿਖ ਦਿਓ ਕਿ ਫਲਾਣਾ ਸਿੰਘ ਨੇ ਸੇਵਾ ਕਰਾਈ ਹੈ। ਸੰਗਤ ਮੰਨ ਨਹੀਂ ਰਹੀ। ਕਹਿੰਦਾ 10,000 ਹੋਰ ਦੇ ਦੇਣਾ, 60,000 ਲੈ ਲਓ, ਨਾਂ ਮੇਰਾ ਲਿਖ ਦਿਓ। ਹੁਣ ਜੇ ਉਹ ਬੰਦਾ ਸੋਚੇ ਵੀ ਮੈਂ ਦਰਵਾਜ਼ੇ ਲਵਾ ਵੀ ਦਿਆਂ, ਨਾਂ ਲਿਖਵਾ ਵੀ ਲਵਾਂ, ਮੈਂ ਧਰਮ ਦਾ ਕਰਮ ਕੀਤਾ। ਗੁਰਦੇਵ ਕਹਿੰਦੇ ਤੂੰ ਧਰਮ ਦਾ ਕਰਮ ਨਹੀਂ ਕੀਤਾ, ਤੂੰ ਆਪਣੀ ਹਉਮੈ ਨੂੰ ਪੱਠੇ ਪਾਏ। ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ, ਹਉ ਹਉ ਗਲਤ ਨਹੀਂ ਸੱਚ ਪਾਈਐ। ਜਿਹੜਾ ਕਰਮ ਮੈਂ ਵਿੱਚ ਹੋ ਗਿਆ ਉਹਦੇ ਨਾਲ ਸੱਚ ਦੀ ਪ੍ਰਾਪਤੀ ਨਹੀਂ, ਮੈਂ ਹੀ ਸਾਡੇ ਅੰਦਰ ਦੀ ਮੈਲ ਹੈ, ਤੂੰ ਪਵਿੱਤਰਤਾ ਹੈ। ਸਾਹਿਬ ਜੀ ਕਹਿਣ ਲੱਗੇ ਬਖਸ਼ਿਸ਼ ਕਰਦੇ ਨੇ, ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਨ ਜਾ ਕਾ ਮਨ ਹੋਏ। ਔਰ ਮੈਂ ਬੇਨਤੀ ਕਰਾਂ, ਸ਼ਾਇਦ ਸਾਨੂੰ ਉਹਨਾਂ ਗੁਰਮੁਖ ਰੂਹਾਂ ਦਾ ਪਤਾ ਵੀ ਨਾ ਹੋਵੇ, ਅਸੀਂ ਉਹਨਾਂ ਨੂੰ ਜਾਣਦੇ ਵੀ ਨਾ ਹੋਈਏ, ਜਿਨ੍ਹਾਂ ਦਾ ਜੀਵਨ ਏਡਾ ਪਵਿੱਤਰ ਹੈ, ਉੱਚਾ ਸੁੱਚਾ ਹੈ, ਅਸੀਂ ਉਹਨਾਂ ਨੂੰ ਕੁਛ ਸਮਝਦੇ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਹਉਮੈ ਨਹੀਂ। ਜਿੰਨੇ ਧਰਮ ਦੇ ਬਾਹਰ ਹੀ ਜ਼ਿਆਦਾ ਚਿੰਨ੍ਹ ਧਾਰਨ ਕੀਤੇ ਹੋਏ ਨੇ ਮਨੁੱਖ, ਉਹਨਾਂ ਜ਼ਿਆਦਾ ਹੰਕਾਰੀ ਹੈ, ਉਹ ਕਹਿੰਦਾ ਮੈਂ ਧਰਮੀ ਹਾਂ। ਸਾਹਿਬ ਜੀ ਕਹਿੰਦੇ ਹਉਮੈ ਜਾਏ ਪਰਮ ਪਦ ਪਾਈਏ, ਮੈਂ ਦਾ ਮਿੱਟ ਜਾਣਾ, ਕਿਉਂਕਿ ਕਰਮ ਅਸੀਂ ਜ਼ਰੂਰ ਕਰ ਰਹੇ ਹਾਂ, ਪਰ ਉਹਨਾਂ ਨੂੰ ਕਰਦੇ ਹਾਂ ਜਿੰਨੀ ਕੁ ਸਾਡੀ ਮਰਜ਼ੀ ਹੈ, ਉਸ ਤੋਂ ਵੱਧ ਕਰਮ ਨਹੀਂ ਕਰਦੇ ਧਰਮ ਦਾ। ਜੇ ਕੋਈ ਮਨੁੱਖ ਇੱਕ ਨਿਤਨੇਮ ਕਰ ਰਿਹਾ ਹੈ ਤੇ ਉਹ ਸ਼ਰਾਬ ਦਾ ਨਸ਼ਾ ਤਿਆਗਣ ਲਈ ਤਿਆਰ ਨਹੀਂ ਕਿ ਮੈਂ ਨਿਤਨੇਮ ਵੀ ਕਰਾਂਗਾ ਸ਼ਰਾਬ ਵੀ ਪੀਆਂਗਾ, ਹਉਮੈ ਅਜਿਹਾ ਹੈ। ਮੈਂ ਨਿਤਨੇਮ ਵੀ ਕਰਾਂਗਾ, ਮੈਂ 2 ਨੰਬਰ ਦੀ ਕਮਾਈ ਵੀ ਕਮਾਵਾਂਗਾ, ਹਉਮੈ ਹੈ। ਜਿੰਨਾ ਚਿਰ ਸੰਪੂਰਨ ਰੂਪ ਵਿੱਚ ਸਮਰਪਿਤ ਨਹੀਂ ਹੋ ਜਾਂਦਾ ਮਨੁੱਖ, ਉਹਨਾਂ ਚਿਰ ਧਰਮ ਦੀ ਸੱਚ ਦੀ ਪ੍ਰਾਪਤੀ ਨਹੀਂ ਹੈ। ਹਉਮੈ ਜਾਏ ਪਰਮ ਪਦ ਪਾਈਏ, ਮੈਂ ਤਾਂ ਮਿਟ ਜਾਣਾ। ਸਤਿਗੁਰੂ ਕਿਰਪਾ ਕਰਦੇ ਨੇ, ਹਉਮੈ ਕਰਤ ਭੇਖੀ ਨਹੀਂ ਜਾਣੇ ਆ। ਹਉਮੈ ਕਰਦਿਆਂ ਕਰਦਿਆਂ ਦਿਖਾਵਾ ਕਰਨ ਵਾਲੇ ਮਨੁੱਖ ਨੇ, ਭੇਖ ਧਾਰੀ ਨੇ, ਕਦੇ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ, ਪਰਮਾਤਮਾ ਦੇ ਭੇਦ ਨੂੰ ਜਾਣ ਨਹੀਂ ਸਕਿਆ, ਉਹ ਭੇਖੀ ਤਾਂ ਹੈ। ਸਾਹਿਬ ਕਹਿ ਲੱਗੇ, ਗੱਲੀ ਹਉ ਸੁਹਾਗਨ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ। ਧਰਮ ਦੇ ਚਿੰਨ੍ਹ ਤਾਂ ਹੈ ਨਹੀਂ, ਧਰਮ ਅੰਦਰ ਨਹੀਂ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਕਿਹਾ, ਮਾਰੇ ਕਹਿ ਲੱਗੇ, ਜਿਹੜਾ ਜਨੇਊ ਤੁਸੀਂ ਪਾਉਂਦੇ ਹੋ ਮੈਂ ਉਸ ਜਨੇਊ ਨੂੰ ਮਾਨਤਾ ਨਹੀਂ ਦਿੰਦਾ, ਮੇਰਾ ਤੇ ਜਨੇਊ ਹੈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਤਾਂ ਹੈ ਤਾਂ ਪਾਂਡੇ ਕਤ। ਸਾਹਿਬ ਕਹਿ ਲੱਗੇ, ਬਾਹਰੀ ਭੇਖ ਮੈਨੂੰ ਤੁਹਾਡੇ ਪ੍ਰਵਾਨ ਨਹੀਂ, 5 ਵਕਤ ਦੀ ਬਾਹਰੀ ਨਮਾਜ਼ ਪ੍ਰਵਾਨ ਨਹੀਂ, ਜਿੰਨਾ ਚਿਰ ਅੰਦਰੋਂ ਤੁਹਾਡੇ ਸਤ ਸੰਤੋਖ ਦਇਆ ਧਰਮ ਦੇ ਗੁਣ ਨਹੀਂ, ਨਮਾਜ਼ ਪ੍ਰਵਾਨ ਨਹੀਂ ਹੈ। ਹਉਮੈ ਕਰਤ ਭੇਖੀ ਨਹੀਂ ਜਾਣੇ ਆ, ਗੁਰਮੁਖ ਭਗਤ ਵਿਰਲੇ ਮਨ ਮਾਨੇ ਆ। ਗੁਰੂ ਦੇ ਰਾਹੀਂ ਗੁਰੂ ਦੇ ਸਨਮੁਖ ਰਹਿ ਕੇ ਕਿਸੇ ਵਿਰਲੇ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਦੀ ਦਾਤ ਪ੍ਰਾਪਤ ਹੋਈ ਹੈ। ਇਹ ਗੱਲ ਨੂੰ ਸੰਗਤ ਸਮਝ ਲੈਣਾ, ਜਿਸ ਮਨੁੱਖ ਨੇ ਵੀ ਪਰਮਾਤਮਾ ਦੀ ਬੰਦਗੀ ਦੀ ਦਾਤ ਲੈਣੀ ਹੈ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਜ਼ਾ 'ਚ ਚੱਲਣ ਤੋਂ ਬਿਨਾਂ ਭਗਤੀ ਪਾ ਹੀ ਨਹੀਂ ਸਕਦਾ, ਸੰਸਾਰ ਦਾ ਕੋਈ ਵੀ ਮਨੁੱਖ। ਇਸੇ ਕਰਕੇ ਸਾਹਿਬ ਦੀ ਪਾਵਨ ਬਾਣੀ ਦਾ ਚਰਿ ਸ਼ਬਦ ਸੁਰਤ ਵਿੱਚ ਆਇਆ ਸੀ, ਮਹਾਰਾਜ ਕਹਿੰਦੇ ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਹੁਤ ਕਰਮ ਕਰਦਾ, ਮਾਲਾ ਵੀ ਫੇਰਦਾ, ਵਰਤ ਵੀ ਰੱਖਦਾ, ਗਿਣਤੀਆਂ ਬਿਨਤੀਆਂ ਦੇ ਪਾਠ ਵੀ ਕਰੀ ਜਾ ਰਹੇ, ਕਈ ਕੁਝ ਕਰੀ ਜਾ ਰਿਹਾ। ਸਤਿਗੁਰੂ ਕਹਿਣ ਲੱਗੇ, ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਗੁਰੂ ਦੇ ਹੁਕਮ 'ਚ ਚੱਲਣ ਤੋਂ ਬਿਨਾਂ ਕੋਈ ਭਗਤੀ ਨਹੀਂ ਹੈ। ਅਸਲ ਵਿੱਚ ਭਗਤੀ ਹੀ ਗੁਰੂ ਜੀ ਦੇ ਹੁਕਮ ਵਿੱਚ ਚੱਲਣ ਵਿੱਚ ਹੈ। ਗੁਰੂ ਦੇ ਜੋ ਗੁਣ ਨੇ, ਗੁਰੂ ਜੀ ਦੀ ਮਰਿਆਦਾ ਹੈ, ਉਸ ਦੇ ਵਿੱਚ ਹੀ ਭਗਤੀ ਹੈ, ਇਹੋ ਭਗਤ ਹੈ। ਇਸੇ ਕਰਕੇ ਸਾਹਿਬ ਕਹਿ ਲਏ, ਗੁਰੂ ਦੀ ਰਜ਼ਾ ਕੀ ਹੈ? ਗੁਰੂ ਸਾਨੂੰ ਕਹਿੰਦੇ ਨੇ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਇਹਨਾਂ ਚੀਜ਼ਾਂ ਨੂੰ ਕਾਬੂ ਵਿੱਚ ਰੱਖਣਾ ਹੀ ਬੰਦਗੀ ਹੈ। ਇੱਕ ਹੋਰ ਪਾਵਨ ਸ਼ਬਦ ਦੀ ਗੱਲ ਕਰ ਰਹੇ ਸੀ, ਮਹਾਰਾਜ ਕਹਿੰਦੇ, ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਸੰਸਾਰ ਦੇ ਜਿੰਨੇ ਗੁਣ ਨੇ ਉਹ ਵਾਹਿਗੁਰੂ ਦੇ, ਮੇਰੇ ਵਿੱਚ ਕੋਈ ਵੀ ਐਸਾ ਗੁਣ ਨਹੀਂ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਨਾਲ ਸਤਿਗੁਰੂ ਕਹਿਣ ਲੱਗੇ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣ ਧਾਰਨ ਕਰਨ ਤੋਂ ਬਿਨਾਂ ਕੋਈ ਭਗਤੀ ਨਹੀਂ ਹੈ। ਜੇ ਜੀਵਨ ਵਿੱਚ ਦਇਆ ਦਾ ਗੁਣ ਨਹੀਂ ਹੈ, ਸਮਝਣਾ ਬੰਦਗੀ ਨਹੀਂ ਹੈ। ਜੇ ਸੰਤੋਖ ਨਹੀਂ ਹੈ, ਬੰਦਗੀ ਵਾਲਾ ਮਨੁੱਖ ਨਹੀਂ ਹੈ। ਜੇ ਉਹਦੇ ਜੀਵਨ ਵਿੱਚ ਜਤ ਨਹੀਂ ਹੈ, ਸਤ ਨਹੀਂ ਹੈ, ਤੇ ਸਮਝ ਲੈਣਾ ਉਹ ਬੰਦਗੀ ਨਹੀਂ ਕਰ ਰਿਹਾ, ਦਿਖਾਵਾ ਕਰ ਰਿਹਾ। ਇਸੇ ਕਰਕੇ ਕਈ ਵਾਰੀ ਸਾਡੇ ਆਉਂਦਾ, ਫਿਰ ਕੀ ਹੈ ਜੇ ਅਸੀਂ ਝੂਠ ਬੋਲ ਲੈਂਦੇ ਹਾਂ ਜਾਂ ਠੱਗੀ ਕਰ ਲੈਂਦੇ ਹਾਂ, ਪਾਠ ਵੀ ਤਾਂ ਜਪਜੀ ਦਾ ਕਰਦੇ ਹਾਂ। ਨਹੀਂ,
ਜਪ ਜੀ ਦਾ ਪਾਠ ਕੀਤਾ ਉਸ ਦਾ ਸਫਲ ਹੈ ਜਿਹੜਾ ਨਾਲ ਜ਼ਿੰਦਗੀ ਦੇ ਵਿੱਚ ਸੱਚ ਨੂੰ ਵੀ ਕਮਾਉਂਦਾ। ਵਿਰਗੁਣ ਕੀਤੇ ਭਗਤ ਨਾ ਹੋਏ, ਸਹਿ ਬਖਸ਼ਿਸ਼ ਕਰਦੇ ਨੇ, ਹਉਮੈ ਕਰ ਰਾਜੇ ਬਹੁਤਾਵੈ, ਮੈਂ ਕਰਦਿਆਂ ਰਾਜੇ ਜਿਹੜੇ ਨੇ ਇੱਕ ਦੂਜੇ ਤੇ ਹਮਲਾ ਕਰਦੇ ਨੇ। ਅਮਰੀਕਾ ਚ ਵੀ ਅਸੀਂ ਤਾਂ ਪਹਿਲਾਂ ਸੋਚਦੇ ਸੀ ਬਹੁਤ ਸਾਰੇ ਦੇਸ਼ ਗੁਲਾਮ ਨੇ ਸਾਡੇ, ਦੇਖਦਿਆਂ ਦੇਖਦਿਆਂ ਇਰਾਕ, ਅਫਗਾਨਿਸਤਾਨ, ਲੀਬੀਆ, ਸੀਰੀਆ, ਇਹ ਸਾਰਾ ਕੁਝ ਅੱਜ ਲੜਾਈ ਦੇ ਵਿੱਚ ਚੱਲ ਰਿਹਾ ਹੈ। ਅਮੀਰ ਦੇਸ਼ ਗਰੀਬ ਦੇਸ਼ ਨੂੰ ਲੁੱਟਣਾ ਚਾਹੁੰਦਾ ਹੈ, ਹਉਮੈ ਦਾ ਪ੍ਰਤੀਕ ਹੈ। ਸਤਿਗੁਰੂ ਕਹਿ ਰਹੇ ਨੇ ਇਹ ਜਾਂਦੇ ਨੇ, ਲੜਦੇ ਨੇ, ਮਰਦੇ ਨੇ, ਹਉਮੈ ਖੱਪੈ ਜਨਮ ਮਰ ਆਵੈ, ਬਸ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ, ਦੁਖੀ ਹੁੰਦੇ ਰਹਿੰਦੇ ਨੇ, ਇੱਕ ਜਿੱਤ ਜਾਂਦਾ ਇੱਕ ਹਾਰ ਜਾਂਦਾ। ਉਹ ਸੋਚਦੇ ਨੇ ਅਸੀਂ ਬਹੁਤ ਸੂਰਬੀਰਤਾ ਵਾਲਾ ਕੰਮ ਕੀਤਾ। ਕਈ ਵਾਰੀ ਅਸੀਂ ਸਿੱਖ ਵੀ ਇੱਕ ਦੂਜੇ ਨਾਲ ਲੜ ਕੇ ਝਗੜ ਕੇ ਤੇਗਾਂ ਕੱਢ ਕੇ ਗੁਰਦੁਆਰੇ ਸੋਚਦੇ ਹਾਂ ਮੈਂ ਬੜੀ ਸੂਰਬੀਰਤਾ ਦਾ ਕੰਮ ਕੀਤਾ, ਨਹੀਂ ਹੈ ਸੂਰਬੀਰਤਾ। ਸਹਿ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਮਹਾਰਾਜ ਕਹਿੰਦੇ ਹਉਮੈ ਨਿਵਰੈ ਗੁਰ ਸ਼ਬਦ ਵਿਚਾਰ ਹੈ, ਮੈਂ ਦੇ ਖਤਮ ਹੋਣ ਦਾ ਇੱਕੋ ਇੱਕ ਤਰੀਕਾ ਹੈ, ਬਾਰ ਬਾਰ ਸਤਿਗੁਰੂ ਦੇ ਹੁਕਮ ਦੀ ਵਿਚਾਰ ਕਰੇ, ਬਾਰ ਬਾਰ ਸਤਿਗੁਰੂ ਦੇ ਚਰਨਾਂ ਵਿੱਚ। ਗੁਰੂ ਸਦੇਵ ਸਤਿਗੁਰੂ ਜੀ ਨੇ ਨਿਤਨੇਮ ਦੀ ਕੁਝ ਬਣਤਰ ਇਸ ਤਰ੍ਹਾਂ ਦੀ ਬਣਾਈ ਹੈ, ਸਾਰਾ ਦਿਨ ਮੈਂ ਕਰਦਿਆਂ, ਸਾਰਾ ਦਿਨ ਲੜਦਿਆਂ ਝਗੜਦਿਆਂ ਈਰਖਾ ਦਵੈ ਤੋਂ ਜਦੋਂ ਵਾਪਸ ਆਣ ਕੇ ਆਪਣੇ ਰਸਨਾ ਤੋਂ ਗੁਰੂ ਦੇ ਸ਼ਬਦ ਬੋਲਦਿਆਂ ਸਾਡੇ ਜੀਵਨ ਨੂੰ ਗੁਰੂਦੇਵ ਨਿਮਰਤਾ ਚ ਲਿਆਉਂਦੇ ਆ। ਸ਼ਾਮ ਨੂੰ ਜਦੋਂ ਸਰੋਦਰ ਦਾ ਪਾਠ ਕਰਦੇ ਆ, ਗੁਰੂਦੇਵ ਕਹਿੰਦੇ ਬੋਲ ਪਿਆਰਿਆ ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਇਹ ਕਹਿ ਰਿਹਾ ਸੀ ਮਹਾਰਾਜ ਅਸੀਂ ਐਸੀ ਆ। ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਇੰਨੀ ਨਿਮਰਤਾ ਚ ਆਣ ਕੇ ਆਪਣੇ ਆਪ ਨੂੰ ਗੁਰੂ ਨਾਲ ਜੋੜ, ਪ੍ਰਭੂ ਨਾਲ ਜੋੜ, ਕਹਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ। ਗੁਰੂ ਜੀ ਮੈਨੂੰ ਤੁਹਾਡੀ ਸੇਵਾ ਹੀ ਨਹੀਂ ਕਰਨੀ ਆਉਂਦੀ, ਮੈਂ ਕਿਵੇਂ ਕਰਾਂ। ਕਹੋ ਨਾਨਕ ਹਮ ਨੀਚ ਕਰਮ ਮਾ, ਮੇਰੇ ਕਰਮ ਬੜੇ ਨੀਵੇਂ ਨੇ। ਇਹ ਜਦੋਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਵਿਚਾਰ ਵਿੱਚ ਆ ਗਈ ਨਾ ਭਈ ਵਾਕਈ ਮੇਰੇ ਨੀਚ ਕਰਮ ਨੇ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਕਿਰਪਾ ਕਰੋ ਮੇਰੇ ਔਗਣਾਂ ਨੂੰ ਕੱਟ ਦਿਓ, ਪਹਿਲਾਂ ਕਬੂਲ ਕਰਨਾ ਪਵੇਗਾ ਕਿ ਮੈਂ ਨਿਰਗੁਣਿਆ ਰਹਾਂ। ਗੁਰੂ ਅਰਜਨ ਦੇ ਮਹਾਰਾਜ ਸੋਦਰ ਵਿੱਚ ਪੌੜੀ ਚ ਫਿਰ ਅੰਤਿਮ ਪੌੜੀ ਚ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ, ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ। ਇਹ ਪੜ੍ਹ ਕੇ ਸਿੱਖ ਫਿਰ ਕਹਿੰਦਾ ਮੈਂ ਤਾਂ ਬੜਾ ਵੱਡਾ ਮਨੁੱਖ ਹਾਂ, ਕਿਉਂਕਿ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਜੇ ਹਉਮੈ ਨੂੰ ਖਤਮ ਕਰਨਾ ਹੈ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਪਵੇਗੀ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਮਹਾਰਾਜ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਮਹਾਰਾਜ ਦੇ ਸ਼ਬਦਾਂ ਵਿੱਚ ਨਿਮਰਤਾ ਹੈ ਤੇ ਇਹਨੂੰ ਧਾਰਨ ਕਰਨ ਵਾਲਾ, ਸ਼ਬਦ ਨੂੰ ਧਾਰਨ ਕਰਨ ਵਾਲਾ ਪਹਿਲੋ ਨਿਮਰਤਾ ਚਾਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਦੇ ਜੀਵਨ ਦਾ ਪਹਿਲਾ ਮਹਾਨ ਗੁਣ ਹੈ ਉਹਦੇ ਜੀਵਨ ਵਿੱਚ ਨਿਮਰਤਾ ਆਵੇ ਗੁਰੂ ਕੋਲ ਆਣ ਕੇ। ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਸਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਧਰਤੀ ਬੜੀ ਨਿਮਰਤਾ ਵਿੱਚ ਰਹਿੰਦੀ ਹੈ, ਗੁਰਸਿੱਖ ਦਾ ਜੀਵਨ ਇਸ ਧਰਤੀ ਤੋਂ ਵੀ ਥੱਲੇ ਪਾਣੀ ਵਰਗਾ ਹੈ, ਉਹ ਇੰਨੀ ਨਿਮਰਤਾ ਚ ਰਹਿੰਦਾ। ਸਹਿ ਮਹਾਰਾਜ ਕਹਿਣ ਲੱਗੇ ਉਹ ਨਿਮਰਤਾ ਗੁਰੂ ਦੇ ਸ਼ਬਦ ਤੋਂ ਮਿਲਦੀ ਹੈ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਵੇ, ਗੁਰੂ ਦੇ ਸ਼ਬਦ ਦੀ ਕਮਾਈ ਕਰੇ। ਜਿੰਨਾ ਚਿਰ ਸਤਿਗੁਰੂ ਦੇ ਹੁਕਮ ਨਾਲ ਜੁੜਦਾ ਨਹੀਂ ਉਹਨਾਂ ਚਿਰ ਪ੍ਰਭੂ ਦੀ ਵਡਿਆਈ ਦਾ ਪਤਾ ਨਹੀਂ ਲੱਗਦਾ। ਸਤਿਗੁਰੂ ਕਹਿਣ ਲੱਗੇ ਮਨਮੁੱਖ ਦਾ ਇਹ ਸੁਭਾਅ ਹੈ, ਕੀਤਾ ਕਹੋ ਮੇਰਾ ਸਨਮਾਨੈ ਕਰਨ ਹਾਰ ਤ੍ਰਿਣ ਜਾਣੈ। ਇੱਕ ਸਾਲ ਵਿੱਚ ਅਖੰਡ ਪਾਠ ਕਰਾ ਕੇ ਕਹਿੰਦਾ ਮੈਂ ਤਾਂ ਬਹੁਤ ਵੱਡਾ ਕੰਮ ਕੀਤਾ ਹੈ। ਕੀਤਾ ਹੈ ਕਹੋ ਜਿਹੜਾ ਅਸੀਂ ਕਰ ਰਹੇ ਹਾਂ, ਮੇਰਾ ਸਨਮਾਨ ਹੈ, ਮੇਰ ਦਾ ਅਰਥ ਹੈ ਪਰਬਤ ਵਾਂਗੂ ਵੱਡਾ ਕਰਕੇ ਦੱਸਦਾ। ਕਰਨ ਹਾਰ ਤ੍ਰਿਣ ਜਾਣਾ ਹੈ, ਜਿਹੜਾ ਕਰਨ ਵਾਲਾ ਵਾਹਿਗੁਰੂ ਜਿਹਨੇ ਸਾਨੂੰ ਪੈਦਾ ਕੀਤਾ, ਇੰਨਾ ਰਿਜ਼ਕ ਦਿੱਤਾ, ਇੰਨੀਆਂ ਦਾਤਾਂ ਦਿੱਤੀਆਂ, ਉਹਨੂੰ ਕੁਝ ਸਮਝਦਾ ਹੀ ਨਹੀਂ ਹੈ। ਤੂੰ ਦਾਤਾ ਮੰਗਣ ਕੋ ਸਗਲੇ ਦਾਨ ਦੇਹੈ ਪ੍ਰਭ ਭਾਨੈ, ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਸਾਚੇ ਅਗਮ ਅਪਾਰੇ, ਸਾਧ ਸੰਗ ਜੋ ਤੁਮੈ ਮਿਲਾਇਓ। ਪ੍ਰਭੂ ਕਿਰਪਾ ਕਰੇ ਤੇ ਗੁਰੂ ਦੀ ਸੰਗਤ ਮਿਲ ਪਵੇ।
ਸਾਧ ਸੰਗ ਜੋ ਤੁਮੈਂ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਫਿਰ ਤੇਰੀ ਬਾਣੀ ਸੁਣਾ ਕੇ ਤੂੰ ਕਿੱਡਾ ਬੇਅੰਤ ਹੈ, ਫਿਰ ਪਤਾ ਲੱਗੇਗਾ ਤੂੰ ਬੇਅੰਤ ਕੋ ਵਿਰਲਾ ਜਾਣੈ। ਫਿਰ ਪਤਾ ਲੱਗੇਗਾ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾਂ। ਸਾਹਿਬ ਜੀ ਕਹਿਣ ਲੱਗੇ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੇਗਾ ਹਉਮੈ ਮਿਟੇਗੀ, ਚੰਚਲ ਮਤ ਤਿਆਗੈ ਪੰਚ ਸੰਘਾਰੈ। ਚੰਚਲ ਮਤ ਕਿਹਾ ਜਾਂਦਾ ਹੈ ਮਨ ਦਾ ਭਟਕਣਾ, ਬਿਰਤੀ ਦਾ ਭਟਕਣਾ। ਚੰਚਲ ਬੱਚੇ ਚੰਚਲ ਹੁੰਦੇ ਨੇ ਨਾ, ਉਹ ਦਰਬਾਰ ਵਿੱਚ ਵੀ ਇੱਧਰ ਉੱਧਰ ਭੱਜੇ ਫਿਰਦੇ ਸੀ, ਕਹਿੰਦੇ ਬੱਚਾ ਬੜਾ ਚੰਚਲ ਹੈ, ਸ਼ਰਾਰਤੀ ਹੈ, ਮਨ ਇੰਨਾ ਸ਼ਰਾਰਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ। ਅੱਜ ਦਾ ਦਿਨ ਹੈ, ਮੰਨ ਲਓ ਕੱਲ ਵੀਰਵਾਰ ਆ ਗਿਆ, ਬੁੱਧਵਾਰ ਗੁਰਦੁਆਰੇ ਆ ਗਏ, ਵੀਰਵਾਰ ਨੂੰ ਕਿਸੇ ਕਬਰ ਤੇ ਵੀ ਤੇਲ ਪਾਉਣ ਤੁਰ ਪੈਂਦਾ, ਸ਼ੁੱਕਰਵਾਰ ਨੂੰ ਸੰਤੋਸ਼ੀ ਦਾ ਵੀ ਵਰਤ ਰੱਖ ਲੈਂਦਾ, ਸ਼ਨੀਵਾਰ ਨੂੰ ਫਿਰ ਲੋਹਿਆ ਲੈ ਕੇ ਗੁਰਦੁਆਰੇ ਆ ਜਾਂਦਾ, ਸੋਮਵਾਰ ਨੂੰ ਦੁੱਧ ਦੀ ਕੈਨੀ ਚੁੱਕੀ ਹੁੰਦੀ ਹੈ, ਪੰਡਿਤ ਜੀ ਕਹਿੰਦੇ ਨੇ ਦੁੱਧ ਦੇ ਕੇ ਆਉਣਾ ਗੁਰਦੁਆਰੇ। ਇਹ ਚੰਚਲ ਮੱਤ ਹੈ, ਇਹ ਦੁਬਿਧਾ ਹੈ, ਇਹ ਦਵੈਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ, ਮਹਾਰਾਜ ਕਹਿਣ ਲੱਗੇ ਇਹ ਚੰਚਲ ਮਤ ਦਾ ਤਿਆਗ ਕਰਕੇ ਕਿਸ ਅਵਸਥਾ ਚ ਸਿੱਖ ਪਹੁੰਚੇ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ। ਥਿਰ ਕਰ ਵਿੱਚ ਭਰੋਸੇ ਵਿੱਚ ਆ ਜਾਏ। ਸਾਹਿਬ ਕਹਿਣ ਲੱਗੇ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਇਸ ਭਰੋਸੇ ਵਿੱਚ ਆਵੇ ਤੇ ਇਸ ਭਰੋਸੇ ਵਿੱਚ ਆਏ ਸਿੱਖ ਦੇ ਫਿਰ ਸਤਿਗੁਰੂ ਆਪ ਕਿਰਪਾ ਕਰਕੇ ਉਹਦੇ ਕਾਰਜ ਸਵਾਰਦੇ ਨੇ। ਉਚਾਰਨ ਕਰਿਓ ਸਤਨਾਮ। ਚੰਚਲ ਮਤ ਤਿਆਗਿਆ, ਭਟਕਣਾ ਵਾਲੀ ਮਤ ਛੱਡ ਦੇ, ਸਾਰੇ ਦਰ ਛੱਡ ਦੇ। ਫਿਰ ਇੱਥੇ ਆਣ ਕੇ ਕਹੇ ਸਗਲ ਦੁਆਰ ਕਹੋ ਛਾੜ ਕਹਿ ਗਹਿਓ ਤੁਹਾਰੋ ਦੁਆਰ। ਇੱਕ ਗੁਰੂ ਦਾ ਦਰ ਰਹਿ ਗਿਆ, ਬਾਕੀ ਸਾਰੇ ਦਰ ਛੱਡ ਦਿੱਤੇ ਜਾਣ। ਪੰਚ ਸੰਘਾਰ ਹੈ, ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਬਿਰਤੀਆਂ ਨੂੰ ਆਪਣੇ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰੇ। ਅੰਤਰ ਸਾਚ ਸਹਿਜ ਘਰ ਆਵੈ, ਜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਤੇ ਫਿਰ ਅੰਦਰ ਵਿੱਚ ਸੱਚ ਟਿਕ ਜਾਏਗਾ। ਮੈਂ ਬੇਨਤੀ ਕਰਾਂ ਸੰਸਾਰ ਵਿੱਚ ਸੱਚ ਇੱਕ ਪਰਮਾਤਮਾ ਹੈ ਤੇ ਇੱਕ ਸਤਿਗੁਰੂ ਹੈ, ਬਾਕੀ ਸਾਰਾ ਕੁਝ ਨਾਸ਼ਕ ਹੈ। ਇੱਕ ਸਤਿਗੁਰੂ ਨੂੰ ਸੱਚ ਦੀ ਪ੍ਰਾਪਤੀ ਹੈ, ਸੱਚ ਦੀ ਉਪਾਧੀ ਮਿਲੀ ਹੈ, ਇੱਕ ਨਿਰੰਕਾਰ ਦੀ ਸੱਚ ਨੇ। ਸਾਹਿਬ ਕਹਿ ਲਏ ਜਿਸ ਦੇ ਹਿਰਦੇ ਵਿੱਚ ਸੱਚ ਵਸ ਗਿਆ ਉਹਦੇ ਕਰਮਾਂ ਵਿੱਚ ਸੱਚ ਹੋਵੇਗਾ। ਅੰਤਰ ਸਾਚ ਸਹਿਜ ਘਰ ਆਵੈ, ਆਤਮਿਕ ਅਡੋਲਤਾ ਮਿਲ ਜਾਂਦੀ ਹੈ। ਰਾਜਨ ਜਾਨ ਪਰਮ ਗਤ ਪਾਵੈ, ਪ੍ਰਭੂ ਨੂੰ ਸਾਰੀ ਕਾਇਨਾਤ ਦਾ ਮਾਲਕ ਮੰਨ ਕੇ ਉਸ ਨਿਰੰਕਾਰ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦੇਵੇ। ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ, ਪ੍ਰਭੂ ਭਾਵੇਂ ਮਾਰ ਇਸ ਅਵਸਥਾ ਚ ਆ ਜਾਏ। ਸੱਚ ਕਰਨੀ ਗੁਰ ਭਰਮ ਚੁਕਾਵੈ, ਜਿਹੜਾ ਵਡਭਾਗੀ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਨਾ, ਗੁਰੂ ਉਹਦੇ ਜੀਵਨ ਵਿੱਚੋਂ ਭਰਮ ਕੱਟ ਦਿੰਦਾ। ਭਰਮ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਤਿਗੁਰੂ ਦੀ ਵਿਚਾਰ ਸਾਡੇ ਜੀਵਨ ਵਿੱਚ ਨਹੀਂ, ਉਹਨਾਂ ਚਿਰ ਹੀ ਅਸੀਂ ਖੰਡੇ ਬਾਟੇ ਦੀ ਪਾਹੁਲ ਤੋਂ ਬਿਨਾਂ, ਨਾਮ ਅੰਮ੍ਰਿਤ ਤੋਂ ਬਿਨਾਂ ਪਾਣੀਆਂ ਨੂੰ ਅੰਮ੍ਰਿਤ ਕਹੀ ਜਾਵਾਂਗੇ। ਉਹਨਾਂ ਚਿਰ ਹੀ ਅਸੀਂ ਪਤਾ ਨਹੀਂ ਧਾਗੇ ਤਵੀਤਾਂ ਨੂੰ ਪਖੰਡੀਆਂ ਨੂੰ ਕਿੰਨਾ ਕਦੇ ਮਗਰ ਅਸੀਂ ਭਟਕਦੇ ਰਹਾਂਗੇ। ਗੁਰੂ ਦਾ ਸ਼ਬਦ, ਸਤਿਗੁਰੂ ਕਹਿੰਦੇ ਸੱਚ ਕਰਨੀ ਕਿੱਥੋਂ ਮਿਲੇਗੀ? ਗੁਰੂ ਕੋਲੋਂ ਮਿਲੇਗੀ। ਜਦੋਂ ਗੁਰੂ ਦੀ ਸ਼ਰਨ ਚ ਆਇਆ ਤੇ ਸਤਿਗੁਰੂ ਨੇ ਫਿਰ ਮਾਰੇ ਕਹਿਣ ਲੱਗੇ ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ। ਸੱਚ ਨੂੰ ਜੀਵਨ ਚ ਧਾਰਨ ਕਰੋ ਤੇ ਉਹ ਸੱਚ ਹੀ ਤੁਹਾਡੇ ਜੀਵਨ ਦੀ ਅਗਿਆਨਤਾ ਨੂੰ ਖਤਮ ਕਰ ਦੇਗਾ। ਤੇ ਸੱਚ ਪਰਮਾਤਮਾ ਦਾ ਨਾਮ ਹੈ। ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਨਿਰਭਉ ਕਹਿ ਕਰਤਾੜੀ ਲਾਵੈ, ਆਤਮਕ ਅਵਸਥਾ ਨੂੰ ਅਡੋਲ ਕਰਦੇ। ਨਿਰਭਉ ਹੋ ਕੇ ਤਾੜੀ ਲਾਵੇ ਦਾ ਮਤਲਬ ਸੀ ਆਪਣੀ ਬਿਰਤੀ ਨੂੰ ਉਸ ਨਿਰਭਉ ਵਾਹਿਗੁਰੂ ਜੀ ਵਿੱਚ ਟਿਕਾ ਲਵੇ, ਕਿਉਂਕਿ ਪ੍ਰਭੂ ਨਿਰਭਉ ਹੈ। ਜਿਹੜਾ ਉਸ ਪ੍ਰਭੂ ਦਾ ਸਿਮਰਨ ਕਰਦਾ, ਵਾਹਿਗੁਰੂ ਦੀ ਬੰਦਗੀ ਕਰਦਾ, ਉਹ ਵੀ ਨਿਰਭਉ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਹੀਂ ਤੇ ਡਰ ਨਹੀਂ ਖਤਮ ਹੋ ਸਕਦਾ। ਅਸੀਂ ਜੇ ਲੱਖ ਚਾਹੀਏ ਕਿ ਇਹਨਾਂ ਮੜੀਆਂ ਵਸਾਣਾਂ ਨੂੰ, ਧਾਗੇ ਤਵੀਤਾਂ ਨੂੰ, ਜੋਤਸ਼ੀਆਂ ਨੂੰ, ਇਹ ਦਿਨਾਂ ਵਾਰਾਂ ਨੂੰ, ਰਾਸ਼ੀਆਂ ਨੂੰ ਜਿੰਨਾ ਮਰਜ਼ੀ ਪੂਜੀ ਜਾਓ, ਡਰ ਖਤਮ ਨਹੀਂ ਹੋ ਸਕਦਾ। ਪਰ ਜਿਸ ਘੜੀ ਵਾਹਿਗੁਰੂ ਦੀ ਯਾਦ ਵਿੱਚ ਜੁੜ ਗਏ ਉਸ ਘੜੀ ਸਾਰਾ ਕੁਝ ਛੁੱਟ ਜਾਏਗਾ। ਉਦਣ ਸਤਿਗੁਰੂ ਕਹਿੰਦੇ ਨੇ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਸਾਰੇ ਡਰ, ਸਾਰੇ ਭਉ ਮਿਟ ਗਿਆ ਜਿਸ ਦਿਨ ਉਸ ਨਿਰਭਉ ਦੇ ਨਾਲ ਸੁਰਤੀ ਜੁੜੀ।
ਅਸੀਂ ਜੋੜਦੇ ਹਾਂ ਇੱਕ ਦੂਜੇ ਦੇ ਨਾਲ। ਮੇਰਾ ਮੁੰਡਾ ਬਿਮਾਰ ਹੋ ਗਿਆ, ਕਹਿੰਦੇ ਚਲੋ ਪੰਡਿਤ ਜੀ ਕੋਲ ਚਲੇ ਜਾਂਦੇ ਹਾਂ। ਮੈਨੂੰ ਖਿਮਾ ਕਰਨਾ, ਇੱਥੇ ਵੀ ਕਾਲੇ ਧਾਗੇ ਵਾਲੀ ਸੰਗਤ ਚੋਂ ਬਥੇਰੇ ਦੇਖੇ ਆ ਜੀ। ਗੁੱਟ ਪੀੜ ਕਰਦਾ ਸੀ, ਧਾਗਾ ਬੰਨ ਲਿਆ, ਕਿਸੇ ਨੇ ਮੌਲੀ ਬੰਨ ਲਈ, ਕਿਸੇ ਨੇ ਮੰਦਿਰ ਚੋਂ ਬਣਾਈ ਹੋਈ ਹੈ, ਕਿਸੇ ਨੇ ਕਿਤੋਂ ਬਣਾਈ ਹੋਈ ਹੈ, ਭਰੋਸਾ ਗੁਰੂ ਤੇ ਰਹਿ ਨਹੀਂ ਗਿਆ। ਮਹਾਰਾਜ ਦਾ ਬਚਨ ਹੈ, ਮਹਾਰਾਜ ਕਹਿ ਲੱਗੇ, ਵੈਦਾ ਸੰਧਾ ਸੰਘ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਪੌਣਾ ਤੇ ਕੜਾ ਸੀ, ਮੋਟੀ ਮੌਲੀ ਬੰਨ ਕੇ ਕੜੇ ਦਾ ਸ਼ਰੀਕ ਨਾਲ ਹੀ ਲੈ ਆਉਂਦਾ। ਗੁਰੂ ਨੇ ਤੇ ਕਿਤੇ ਕਿਹਾ ਹੀ ਨਹੀਂ ਧਾਗੇ ਵੱਲੋਂ, ਮੌਲੀਆਂ ਵੱਲੋਂ। ਸਾਹਿਬ ਜੀ ਕਿਰਪਾ ਕਰਦੇ ਨੇ, ਮਹਾਰਾਜ ਕਹਿਣ ਲੱਗੇ, ਹਉ ਹਉ ਕਰ ਮਰਨਾ ਕਿਆ ਪਾਵੈ, ਮੈਂ ਵਿੱਚ ਆਤਮਕ ਮੌਤ ਤੇ ਮਰਿਆ ਹੋਇਆ ਮਨੁੱਖ ਕੁਝ ਪ੍ਰਾਪਤ ਨਹੀਂ ਕਰਦਾ। ਮੇਰੀ ਕਰਤੇ ਜਨਮ ਗਇਓ, ਸਾਰ ਸੋਖ ਭੁਜੰਗ ਬਣਿਓ। ਜਿਸ ਘਰ ਨੂੰ ਕਿਹਾ ਸੀ ਮੇਰਾ, ਬੜਾ ਵੱਡਾ ਉਹਦੇ ਤੇ ਬਾਹਰ ਬੋਰਡ ਲਾਇਆ ਸੀ ਆਪਣੇ ਨਾਮ ਦਾ, ਜਿਸ ਦਿਨ ਇਹ ਸਰੀਰ ਛੱਡ ਕੇ ਗਏ ਬੋਰਡ ਬਦਲ ਗਿਆ, ਮੇਰਾ ਰਿਹਾ ਹੀ ਕੁਝ ਨਹੀਂ। ਕਬੀਰ ਕੌਡੀ ਕੌਡੀ ਜੋਰ ਕੈ, ਜੋਰੈ ਲਾਖ ਕਰੋਰ, ਚਲਤੀ ਬਾਰ ਨਾ ਸੰਘ ਚੱਲਿਓ, ਲਈ ਲਗੋਟੀ ਤੋਰ। ਸਤਿਗੁਰੂ ਕਹਿੰਦੇ ਕੁਝ ਨਹੀਂ ਪ੍ਰਾਪਤ ਕਰਦਾ, ਪੂਰਾ ਗੁਰ ਭੇਟੇ ਸੋ ਝਗੜ ਚੁਕਾਵੈ। ਪੂਰੇ ਸਤਿਗੁਰੂ ਦੀ ਪ੍ਰਾਪਤੀ ਅੰਦਰ ਦੇ ਝਗੜੇ ਨੂੰ ਮੁਕਾ ਦਿੰਦੀ ਹੈ, ਅੰਦਰ ਸਹਿਜ ਦੀ ਅਵਸਥਾ ਬਣ ਜਾਂਦੀ ਹੈ, ਅੰਦਰ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਹਉਮੈ ਬੰਧਨ ਜੇਤੀ ਹੈ ਤੇਤੀ ਕਿਹੋ ਨਾਹੀ, ਜਿਹੋ ਜਿਹਾ ਇਹ ਮਾਇਆ ਦੀ ਭੱਜ ਦੌੜ ਹੈ, ਇਹ ਸਾਰੀ ਸਾਨੂੰ ਕੋਈ ਲਾਭ ਨਹੀਂ ਦਿੰਦੀ। ਮਾਇਆ ਦੀ ਭੱਜ ਦੌੜ, ਮਨ ਦੀ ਭਟਕਣਾ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਗੁਰਮੁਖ ਗਿਆਨ ਭੇਟ ਗੁਣ ਗਾਹੀ, ਗੁਰੂ ਦੇ ਸਨਮੁਖ ਰਹਿ ਕੇ ਸਤਿਗੁਰੂ ਕੋਲੋਂ ਗਿਆਨ ਲੈ। ਅੱਜ ਸਾਡੇ ਤੇ ਗੁਰੂ ਦੇ ਵਿੱਚ ਹੋਰ ਬਹੁਤ ਸਾਰੇ ਗਿਆਨ ਨੇ, ਪਾਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗਿਆਨ ਹੀ ਸਿੱਖ ਦੇ ਜੀਵਨ ਚ ਹੋਵੇ, ਗੁਰੂ ਦੇ ਗਿਆਨ ਨੂੰ ਜੀਵਨ ਵਿੱਚ ਕਮਾਵੇ। ਸਤਿਗੁਰੂ ਕਹਿਣ ਲੱਗੇ ਨੇ, ਗੁਰੂ ਦਾ ਗਿਆਨ ਤੈਨੂੰ ਵਾਹਿਗੁਰੂ ਦੇ ਗੁਣ ਗਾਉਣ ਦੀ ਦਾਤ ਬਖਸ਼ਦਾ, ਬਾਣੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੀ ਹੈ। ਹਉਮੈ ਬੰਧਨ ਬੰਧ ਪਵਾਵੈ, ਮੈਂ ਦੇ ਵਿੱਚ ਬੰਧਿਆ ਹੋਇਆ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਬਸ ਇਸੇ ਵਿੱਚ ਹੀ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ। ਨਾਨਕ ਰਾਮ ਭਗਤ ਸੁਖ ਪਾਵੈ, ਪ੍ਰਭੂ ਜੀ ਦੀ ਬੰਦਗੀ ਵਿੱਚੋਂ ਆਤਮਿਕ ਸੁੱਖ ਦੀ ਪ੍ਰਾਪਤੀ ਹੈ, ਭਟਕਣਾ ਖਤਮ ਹੈ। ਐਸੀ ਕਿਰਪਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਨ, ਜਿਹਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠਹਿਣੀ। ਉਹ ਮਨ ਹੱਠ ਦਾ ਤਿਆਗ ਕਰਕੇ ਗੁਰਮਤ ਨੂੰ ਆਪਣੇ ਜੀਵਨ ਵਿੱਚ ਪ੍ਰਕਾਸ਼ਮਾਨ ਕਰਕੇ ਤੇ ਇਸ ਜੀਵਨ ਨੂੰ ਸਫਲਿਆਂ ਕਰ ਸਕੀਏ। ਸਤਿਗੁਰੂ ਸਾਡੇ ਸਾਰੇ ਤੇ ਕਿਰਪਾ ਕਰਨ, ਪਾਵਨ ਗੁਰੂ ਸ਼ਬਦ ਦੀ ਹੋਈ ਵਿਚਾਰ ਅਨੁਸਾਰ ਸਾਨੂੰ ਸਾਰਿਆਂ ਨੂੰ ਅਮਲੀ ਜੀਵਨ ਬਖਸ਼ਣ, ਹੋਈਆਂ ਗਲਤੀਆਂ ਨੂੰ ਖਿਤਮ ਖਿਮਾ ਕਰਦੇ ਹੋਏ ਸੰਗਤ ਫਤਿਹ ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।